ਅਸੀਂ ਕੈਪਟਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਪਹਿਲਾਂ ਸਾਨੂੰ 750 ਪੈਨਸ਼ਨ ਮਿਲਦੀ ਸੀ, ਹੁਣ ਸਾਨੂੰ 1500 ਮਿਲਦੀ ਹੈ। ਕੈਪਟਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ, ਅਸੀਂ ਬਹੁਤ ਖੁਸ਼ ਹਾਂ। ਹਾਂਜੀ, ਪਹਿਲਾਂ ਵਾਅਦੇ ਕੀਤੇ ਸੀ ਬਹੁਤ, ਕੁਛ ਤਾਂ ਪੂਰੇ ਕੀਤੇ ਆ, ਕੁਛ ਆਪਣਾ ਇਹ ਵੀ ਕੀਤਾ ਕਿ ਜਿਹੜਾ ਇਹਨਾਂ ਨੇ ਬੱਸਾਂ ਫ੍ਰੀ ਕੀਤੀਆਂ ਸੀ ਉਹ ਵੀ ਅਸੀਂ ਆਧਾਰ ਕਾਰਡ ਦੇ ਰਾਹੀਂ ਮਤਲਬ ਕਿ ਫ੍ਰੀ ਸਫ਼ਰ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਕੈਪਟਨ ਸਰਕਾਰ ਦਾ। ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਜੀ, ਪੈਨਸ਼ਨ ਸਾਨੂੰ 700 ਅਤੇ 1500 ਕਰਤੀ, ਅਤੇ ਸਾਡਾ ਕਿਰਾਇਆ ਬੱਸਾਂ ਦਾ ਉਹ ਵੀ ਸਾਨੂੰ ਫ੍ਰੀ ਕੀਤਾ, ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਚੈੱਕ ਮਿਲ ਗਿਆ ਤੁਹਾਨੂੰ? ਹਾਂਜੀ, ਚੈੱਕ ਮਿਲ ਗਿਆ। ਦੇਖੋ, ਕੈਪਟਨ ਅਮਰਿੰਦਰ ਸਿੰਘ ਜੀ ਦੀ ਜਦੋਂ ਸਰਕਾਰ ਬਣੀ ਸੀ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਜਿਹੜੇ ਸਾਡੇ ਗਰੀਬ ਨੇ, ਚਾਹੇ ਉਹ ਅੰਗਹੀਣ ਨੇ, ਵਿਧਵਾ, ਬੁਢੇਪਾ, ਆਸ਼ਰਤ, ਕਿਸੇ ਵੀ ਕਿਸਮ ਦੀ ਪੈਨਸ਼ਨ ਆ, ਉਹਨਾਂ ਨੂੰ ਬਹੁਤ ਘੱਟ ਮਿਲਦੀ ਹੈ, ਜਿਹਦੇ ਨਾਲ ਕੋਈ ਗੁਜ਼ਾਰਾ ਪਰਿਵਾਰ ਦਾ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਜੀ ਦੀ ਫਰਾਕ ਮਿਲੀ ਹੈ ਸਰਕਾਰ ਦੀ, ਜਿਨ੍ਹਾਂ ਨੇ ਅਕਾਲੀ ਰਾਜ 'ਚ ਸਿਰਫ 500 ਰੁਪਏ ਪੈਨਸ਼ਨ ਦਿੱਤੀ ਜਾਂਦੀ ਸੀ, ਅਸੀਂ ਆਉਂਦੀ ਸਾਲ 750 ਕੀਤੀ ਅਤੇ ਅੱਜ 1500 ਦੇ ਚੈੱਕ ਦੇ ਰਹੇ, ਜਿਹਦੇ ਨਾਲ ਸਫੀਸ਼ੈਂਟ ਨੇ ਲੋਕਾਂ ਤੋਂ ਤੁਸੀਂ ਵਿਊ ਵੀ ਲੈ ਲਿਓ, ਕਿਉਂਕਿ 1500 ਨਾ ਕੁਛ ਮਿਲ ਜਾਂਦਾ। ਅਕਾਲੀ ਦਲ ਨੇ ਝੂਠ ਦੇ ਸਹਾਰੇ 'ਤੇ 10 ਸਾਲ ਪੰਜਾਬ ਅੰਦਰ ਸਰਕਾਰ ਚਲਾਈ, ਸਿਰਫ 250 ਤੋਂ 500 ਕੀਤੀ ਸੀ ਅਸੀਂ, ਪਹਿਲਾਂ 500 ਤੋਂ 750 ਕੀਤੀ ਅਤੇ ਹੁਣ 750 1500 ਕੀਤੀ, ਜਿਹਦੇ ਨਾਲ ਸਾਡੇ ਗਰੀਬ ਲੋਕਾਂ ਨੂੰ, ਜ਼ਰੂਰਤਮੰਦਾਂ ਨੂੰ, ਲੋੜ ਉਹਨਾਂ ਦੀ ਜਿਹੜੀ ਉਹ ਪੂਰੀ ਹੋਊਗੀ। ਅਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਲਈ 51,000 ਸ਼ਗਨ ਸਕੀਮ ਕੀਤੀ ਆ, ਉਹਦੇ ਨਾਲ ਹੀ ਜਿਹੜੇ ਪ੍ਰਾਈਵੇਟ ਅਤੇ ਸਾਡੇ ਜਿਹੜੇ ਸਰਕਾਰੀ ਬੱਸਾਂ ਨੇ ਉਹਦੇ ਵਿੱਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਕੀਤਾ। ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।